ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਵੈਸੇ ਤਾਂ ਗਾਹਕ ਰੱਬ ਦਾ ਰੂਪ ਹੁੰਦਾ, ਪਰ ਜ਼ਰੂਰੀ ਨਹੀਂ ਹਰ ਗਾਹਕ ਰੱਬ ਬਣ ਕੇ ਆਵੇ। ਅੰਮ੍ਰਿਤਸਰ ਦੀ ਇਸ ਦੁਕਾਨ ਦੇ ਵਿੱਚ ਆਏ ਗਾਹਕ ਵੀ ਕੁਛ ਅਜੀਬ ਤਰੀਕੇ ਨਾਲ ਆਏ ਅਤੇ ਕਰ ਗਏ ਵੱਡਾ ਕਾਰਾ। ਫਿਲਹਾਲ ਉਹਨਾਂ ਦੀ ਇਹ ਧੁੰਦਲੀ ਜੀ ਤਸਵੀਰ ਕੈਮਰੇ 'ਚ ਸਾਹਮਣੇ ਆਈ ਹੈ, ਤੁਸੀਂ ਆਪ ਹੀ ਸੁਣੋ ਕਿਵੇਂ ਹੋਈ ਘਟਨਾ। ਡੱਬਾ ਚੁੱਕਿਆ ਅਤੇ ਨਾਲ ਗੇਟ ਤੋਂ ਬਾਹਰ ਦੌੜਨਾ ਚਾਲੂ ਕਰਤਾ ਉਹਨੇ। ਮੈਂ ਵੀ ਮਗਰ ਕਾਊਂਟਰ 'ਤੇ ਘੁੰਮ ਕੇ ਅਤੇ ਮੈਂ ਉਹਨੂੰ ਮਗਰ ਦੌੜਿਆ, ਰੌਲਾ ਪਾਇਆ। ਉਹ ਬਾਹਰ ਕੋਈ ਐਕਟਿਵਾ ਗੱਡੀ 'ਤੇ ਕੋਈ ਮੁੰਡਾ ਸਿਰ ਮੂੰਹ ਬੁਲੇਟਿਆ ਸੀ ਅਤੇ ਉਹਦੇ ਮਗਰ ਬਹਿ ਕੇ ਅਤੇ ਉਹ ਬਾਜ਼ਾਰ ਚੌਂਕ ਵੱਲ ਦੌੜ ਗਏ ਨੇ। ਅਤੇ ਮੈਂ ਬੜਾ ਪਿੱਛਾ ਕੀਤਾ ਚੌਂਕ 'ਚ, ਪਰ ਉਹ ਸਾਨੂੰ ਮਿਲ ਨਹੀਂ ਆਇਆ। ਤਾਂ ਸ਼੍ਰੀ ਰਾਮ ਜਵਾਹਰ ਜਵੈਲਰ ਨੇ ਜੀ, ਇਸਲਾਮਾਬਾਦ ਚੌਂਕ ਦੇ ਨੇੜੇ ਗਲੀ ਸ਼ੋਪ ਇਹਨਾਂ ਦੀ, ਘਰ ਦੇ ਵਿੱਚ ਦੁਕਾਨ ਹੈ। ਉੱਥੇ ਕਰੀਬ 2:50 ਦੇ ਦੁਪਹਿਰੇ ਇੱਕ 27-28 ਸਾਲ ਦਾ ਲੜਕਾ ਆਇਆ, ਉਹਨੇ ਇਹਨਾਂ ਨੂੰ ਮੁੰਦਲੀਆਂ ਦਿਖਾਉਣ ਲਈ ਕਿਹਾ, ਰਿੰਗ ਦਿਖਾਉਣ ਲਈ ਕਿਹਾ। ਇਹਨਾਂ ਨੇ ਪਹਿਲੇ ਜਿਹੜੀ ਇਹਨਾਂ ਕੋਲ ਡੰਮੀ ਰਿੰਗ ਹੁੰਦੀ ਆਰਟੀਫਿਸ਼ਲ ਹੁੰਦੀ ਉਹ ਦਿਖਾਈ, ਫਿਰ ਉਹਨੇ ਡਿਜ਼ਾਇਨ ਬੁੱਕ ਦਿਖਾਈ। ਲੇਕਿਨ ਲੜਕਾ ਕਹਿੰਦਾ ਕਿ ਮੈਨੂੰ ਅਸਲੀ ਦਿਖਾਓ, ਮੈਂ ਫੋਟੋ ਕਾਂ ਭੇਜਣੀ ਹੈ। ਇਹਨੇ ਇੱਕ ਡੱਬਾ ਰਿੰਗ ਦਾ, ਜਿਸ 9 ਰਿੰਗ ਸੀਗੀਆਂ, ਉਹਨਾਂ ਨੇ ਸਾਹਮਣੇ ਰੱਖਿਆ ਲੜਕੇ ਦੇ। ਇੱਕ ਰਿੰਗ ਉਹਨੇ ਆਪਣੀ ਮੁੰਦਰੀ 'ਚ ਪਾ ਕੇ ਆਪਣਾ ਸਾਈਜ਼ ਵਗੈਰਾ ਚੈੱਕ ਕੀਤਾ। ਦੁਕਾਨਦਾਰ ਦਾ ਧਿਆਨ ਥੋੜ੍ਹਾ ਜਿਹਾ ਸਾਈਡ 'ਤੇ ਗਿਆ। ਉਹ ਰਿੰਗ, ਇੱਕ ਰਿੰਗ ਹੱਥ ਸੀਗੀ ਅਤੇ 8 ਡੱਬੇ ਸੀਗੀਆਂ। ਉਹ ਡੱਬਾ ਲੈ ਕੇ ਬਾਹਰ ਨਿਕਲ ਗਿਆ ਅਤੇ ਬਾਹਰ ਗਲੀ 'ਚ ਇੱਕ ਸਕੂਟਰ 'ਤੇ ਆਲਰੇਡੀ ਇੱਕ ਨੌਜਵਾਨ ਵੇਟ ਕਰ ਰਿਹਾ ਸੀਗਾ, ਜੀਰਾ ਮੂੰਹ ਟੱਕਿਆ ਹੋਇਆ ਸੀਗਾ, ਅਤੇ ਉਹ ਮੁੰਦਰੀ ਲੈ ਕੇ ਨਿਕਲ ਗਿਆ।